ਅੱਜ ਆਪਣੇ ਨਾਲ ਖਾਸ ਤੌਰ ਤੇ ਮੌਜੂਦ ਹੈ ਕਨੈਕਟ ਓਵਰਸੀਜ਼ ਤੋਂ ਮਿਸਟਰ ਨਿਰਮਲ ਚਾਵਲਾ ਜੀ ਸੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੋ ਵਿਦੇਸ਼ ਜਾਣ ਦੇ ਬਾਰੇ ਸਰ ਜਿਵੇਂ ਕਿ ਅੱਜ ਅਪਾ ਗੱਲ ਕਰ ਰਹੇ ਹਾਂ ਤਾਂ ਲਾਟਰਾਬ ਯੂਨੀਵਰਸਿਟੀ ਦੇ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਜੋ ਕਿ ਮੈਲਬਨ ਦੇ ਵਿੱਚ ਮੌਜੂਦ ਹੈ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਸਰ ਦੇ ਵੱਲੋਂ ਇਸ ਯੂਨੀਵਰਸਿਟੀ ਦੇ ਬਾਰੇ ਖੁੱਲ ਕੇ ਗੱਲਬਾਤ ਕੀਤੀ ਜਾਵੇਗੀ ਜਿੱਥੇ ਔਨਲਾਈਨ ਕੋਰਸਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਜਿੱਥੇ 6 ਮਹੀਨੇ ਤੁਸੀਂ ਇੱਥੇ ਇੰਡੀਆ ਬੈਠੇ ਹੀ ਸਟੱਡੀ ਕਰ ਸਕਦੇ ਹੋ ਵਰਲਡ ਗ੍ਰੈਡ ਦੇ ਵੱਲੋਂ ਇਹਨਾਂ ਨੂੰ ਜੋ ਹੈ ਪ੍ਰੋਵਾਈਡ ਕਰਵਾਇਆ ਜਾ ਰਿਹਾ ਇਸ ਪ੍ਰੋਗਰਾਮ ਨੂੰ ਸੋ ਸਰ ਮੈਂ ਚਾਹੂੰਗੀ ਕਿ ਇਸ ਦੇ ਬਾਰੇ ਤੁਸੀਂ ਇੱਕ ਵਾਰ ਖੁੱਲ ਕੇ ਜ਼ਰੂਰ ਦੱਸੋ ਦਰਸ਼ਕ डेफिनेट मनित uh, मैं कैंडिडेट्स को दसना चाहूँगा जेडे बच्चे ट्वेंटी ट्वेंटी टू पास आउट हुए हैं जी एंड जेडे के डिले हो गए हैं या थोड़ा जा किसी पर्टिकुलर एग्जाम बैठे से क्लीयर नहीं कर पाए एंड हुन दे वॉन्ट टू गो टू ऑस्ट्रेलिया फॉर स्टडीज एंड स्पेशली रिलेटेड टू बैचर इन्फॉर्मेस टेक्नोलॉजी सो दिस स्पेशल प्रोग्राम इज थ्रू वर्ल्ड ग्रैड एंड वर्ल्ड ग्रैड इज़ प्रोवाइडिंग दैम सिक्स मंथ ऑफ ट्रेनिंग ऑनलाइन vai uh, ade india baath ke apne ghar baith ke kar sakde hange ji eh 6 month di training kar de baad they are eligible to go enter into year second into batch of information technology with latrob university melbourne campus ji <laughs> 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 so this is a wonderful program ede vich 2022 bhi eligible hai and 2023 bhi eligible hai so eh jada program hai ga start ho re december de vich ji <laughs> 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 so this is a golden opportunity for students and uh, you know going by this program the best part is दैट इंटायर कोर्स जी खर्चा है इन्हों का उस अराउंड ट्वेंटी फाइव लैख रुपीज सेव करते हैं बिकॉज फर्स्ट ए फीस काफ़ी लैस हैगी सैकडली लिविंग कॉस्ट सारा पहले साल का इन्हों बच जा है एंड कंप्लीटिंग बैच इंफॉर्मेट लाड टॉप यूनवर्सिटी दे आर स्टिल एलीजल फॉर पोस्ट स्टडी वर्क एंड दे आर स्टिल एलि एलजिबली एलजिबल फॉर अपनी पी आर रेजिडेंसी वास्ते बिकॉज मिनीम टू ईय स्टडीज ऑस्ट्रेलिया अलाउड हैगी एंड विच देयर गोन टू डू इन Belmont campus as it is. ਜੀ ਸੋ ਜਿਵੇਂ ਕਿ ਸਰ ਤੁਸੀਂ ਗੱਲ ਕੀਤੀ ਹੈ ਕਿ ਦਸੰਬਰ ਦੇ ਵਿੱਚ ਇਹ ਜੋ ਸ਼ੁਰੂ ਹੋਣ ਜਾ ਰਿਹਾ ਸੋ ਤੁਹਾਨੂੰ ਲੱਗਦਾ ਕਿ ਬਹੁਤ ਘੱਟ ਸਮਾਂ ਰਹਿ ਚੁੱਕਿਆ ਫਿਲਹਾਲ ਅਗਰ ਸਟੂਡੈਂਟ ਹੁਣ ਅਪਲਾਈ ਕਰਨ ਕਿਉਂਕਿ ਨਵੰਬਰ ਵੀ ਜਾਣ ਵਾਲਾ ਹੈ ਪੂਰੀ ਤਰੀਕੇ ਦੇ ਨਾਲ ਤਾਂ ਉਹ ਅਪਲਾਈ ਕਰ ਸਕਦੇ ਆ ਦਸੰਬਰ ਦੇ ਲਈ ਹੁਣ। ਡੈਫੀਨਿਟਲੀ ਜੀ ਦਸੰਬਰ ਲਈ ਦੇ ਹੈਵ ਟੂ এনਰੋਲ ਔਨਲਾਈਨ ਫ্রম ਇੰਡੀਆ। ਸੋ ਇੱਥੇ ਪੇਪਰਵਰਕ ਬਿਲਕੁਲ ਨਹੀਂ ਹੈਗਾ। ਯੈਸ ਵੈਨ ਦੇ ਅਪਲਾਈ ਫਾਰ देयर ਵੀਜ਼ਾ ਔਨ ਕੰਪਲੀਸ਼ਨ ਆਫ देयर ਫਰਸਟイヤー ਪ੍ਰੋਗਰਾਮ ਸੈਕੰਡਲੀ ਵੀਜ਼ਾ ਅਪਲਾਈ ਕਰ ਦੇਗੇ। ਸਾਰੀ ਜੀਟੀ ਦੀ ਰਿਕੁਆਇਰਮੈਂਟਸ ਉੱਥੇ ਇਹਨਾਂ ਨੂੰ ਕੰਪਲੀਟ ਕਰਨੀ ਪੈਗੀ। ਸੋ ਵਾਟ ਵੀ ਡੂ ਇਸ ਥੈਟ ਅਸੀਂ ਆਰ ਦੀ ਡੇਟ ਇਚ ਇਹਨਾਂ ਨੂੰ ਜੀਟੀ ਦੀ ਗਾਈਡੈਂਸ ਵੀ ਦਵਾਵਾਂਗੇ ਐਂਡ ਵੀਲ ਸਪੈਸ਼ਲੀ ਸੀ ਕਿ ਥੈਟ ਉਹ ਜੀਟੀ ਦੇ ਲਿਜੀਬਲ ਹੋਣਗੇ ਤਾਂ ਉਹਨਾਂ ਨੂੰ ਆਨਲਾਈਨ ਜਮ ਆਨਲਾਈਨ ਜੁਆਇਨ ਕਰਾਵਾਂਗੇ। ਸੋ ਜਿਹੜਾ ਜੀਟੀ ਪ੍ਰੋਸੈਸ ਸਟਾਰਟ ਹੋ ਗਿਆ ਉਹਨਾਂ ਦਾ ਨੈਕਸਟ ਅਪ੍ਰੈਲ ਮਈ ਦੇ ਵਿੱਚ ਸਟਾਰਟ ਹੋਏਗਾ। ਐਂਡ ਜੀਟੀ ਪਾਸ ਕਰਕੇ ਦੈਨ ਵੀਲ ਅਪਲਾਈ ਫਾਰ ਦੀ ਵੀਜ਼ਾ। ਐਂਡ ਦਿਸ ਇਸ ਦੀ ਬੈਸਟ ਵੇ ਆਫ ਫਾਰ ਸਟੂਡੈਂਟਸ ਟੂ ਸੇਵ ਟਾਈਮ। ਇੱਕ ਤੇ 6 ਨੇ ਟਾਈਮ ਸਪੈਸ ਸੇਵ ਕਰ ਲੈ ਐਂਡ ਦੇ ਸੇਵ ਅਰਾਊਂਡ 25 ਲਖਸ ਜੀ ਸੋ ਕਈ ਵਾਰ ਇਦਾਂ ਹੁੰਦਾ ਨਾ ਸਰ ਕਿ ਦਸੰਬਰ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਬਹੁਤ ਹੀ ਘੱਟ ਸਮਾਂ ਬਚਿਆ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਵਾਰ ਆ ਨਵੇਂ-ਨਵੇਂ ਪ੍ਰੋਗਰਾਮਸ ਨੂੰ ਲੈ ਕੇ ਵੀ ਸਟੂਡੈਂਟ ਬਿਲੀਵ ਘੱਟ ਕਰਦੇ ਐ ਕਿ ਹੋ ਸਕਦਾ ਕਿਤੇ ਕੋਈ ਫਰਾਡ ਨਾ ਸਾਡੇ ਨਾਲ ਹੋ ਜੇ ਸੋ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਆ ਲੁੱਕ ਮਿਸ ਦਿਵਿਆ ਫਰਮ ਦੀ ਵਰਲਡ ਗ੍ਰੈਡ ਇਸ ਕਮਿੰਗ ਐਂਡ ਮਿਸਟਰ ਆਉਦ ਗੋਰ ਹੂ ਇਸ ਦੀ ਮਾਰਕਟਿੰਗ ਰਿਕਰੂਟਮੈਂਟ ਮੈਨੇਜਰ ਫਰਮ ਲੈਪਟਾਪ ਯੂਨੀਵਰਸਿਟੀ ਵਿਲ ਬੀ ਅਵੇਲੇਬਲ ਇਨ ਆਰ ਆਫਿਸ फ्रॉम अलैवन ए एम टू वन पी एम सो स्टूडेंट्स उन्होंने डायरेक्टली आके मिल सकते हैं एंड इफ देर आर सम स्टूडेंट्स हु वॉन्ट टू गो टू सम अदर प्रोग्राम्स दे कैन डेफिनेटली कम एंड मी मिसर अरुण गौर एंड दे कैन टेक अ स्पेसल कैरियर काउंसलिंग फ्रॉम दैम सो दे आर अवेलेबल विद मी ऑन ट्वे थर्टीथ ऑफ नवंबर सो गोल्डन ऑपरचुनिटी है स्टूडेंट्स को जेडे कि ट्वेंटी ट्वेंटी टू पास आउट करे देस दे सैशन इन जुलाई सो विच मेक्स दैम एलिजिबल फॉर ईयर सेकेंड इन जुलाई ट्वेंटी ट्वेंटी फोर ਸੋ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਦਸੰਬਰ ਜੁਆਇਨ ਕਰਨਗੇ ਦੈਲ ਫਿਨਿਸ਼ ਇਨ ਜੂਨ 2024 ਜੀ ਸੋ ਬਿਲਕੁਲ ਜਿਵੇਂ ਕਿ ਸਰ ਦੇ ਵੱਲੋਂ ਦੱਸਿਆ ਗਿਆ ਕਿ ਗੋਲਡਨ ਓਪਰਚ्युनिटी ਆ ਉਹਨਾਂ ਸਟੂਡੈਂਟਸ ਦੇ ਲਈ ਜੋ 2022 ਪਾਸ ਆਊਟ ਆ 2023 ਪਾਸ ਆਊਟ ਵੀ ਅਪਲਾਈ ਕਰ ਸਕਦੇ ਸੋ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਜੋ ਰਿਪਰੈਜ਼ੈਂਟੇਟਿਵ ਆ ਅਰुण ਗੌਰ ਉਹ ਇਹਨਾਂ ਦੇ ਆਫੀਸਰ ਚੰਡੀਗੜ੍ਹ ਸੈਕਟਰ 17 ਦੇ ਵਿੱਚ ਕਨੈਕਟ ਓਵਰਸੀਜ਼ ਦੇ ਆਫਿਸ ਆ ਰਹੇ ਆ ਸੈਮੀਨਾਰ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਅਗਰ ਸਾਡੇ ਸਵਾਲਾਂ ਤੋਂ ਬਿਨਾ ਹੋਰ ਵੀ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਹੋਰ ਵੀ ਕੋਈ ਚੀਜ਼ਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਦੇ ਰਿਗਾਰਡਿੰਗ ਆਨਲਾਈਨ ਜੋ ਕੋਰਸ ਹੈ ਇਸ ਦੇ ਰਿਗਾਰਡਿੰਗ ਵੀ ਕੋਈ ਤੁਸੀਂ ਅਹਿਮ ਸਵਾਲ ਉਹਨਾਂ ਤੋਂ ਪੁੱਛਣਾ ਚਾਹੁੰਦੇ ਤਾਂ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਮਾਂ ਤੁਹਾਨੂੰ ਦੱਸ ਦਿੰਦੇ ਆ ਕਿ 30th ਨਵੰਬਰ 11 ਵਜੇ ਤੋਂ 1 ਵਜੇ ਤੱਕ ਹੈ ਇਹ ਸੈਮੀਨਾਰ ਆ ਉੱਥੇ ਜਾ ਕੇ ਤੁਸੀਂ ਆਪਣੀ ਪ੍ਰੋਫਾਈਲ ਦੀ ਜੋ ਅਸੈਸਮੈਂਟ ਉਹ ਵੀ ਔਨ தி ਸਪੋਰਟ ਕਰਵਾ ਸਕਦੇ ਹੋ ਕਿ ਤੁਸੀਂ ਉੱਥੇ ਜਾਣ ਦੇ ਲਈ ਐਲੀਜੀਬਲ ਹੈਗੇ ਆ ਜਾਂ ਫਿਰ ਨਹੀਂ ਹੈਗੇ ਸ ਕੋਰਸਸ ਦੇ ਲਈ ਐਲੀਜੀਬਲ ਹੈਗੇ ਆ ਫਿਰ ਜਾਂ ਫਿਰ ਆਪਾਂ ਕਹਿ ਸਕਦੇ ਕਿ ਨਹੀਂ ਹੈਗੇ ਸੋ ਸਰ ਜਿਵੇਂ ਕਿ ਔਨਲਾਈਨ ਕੋਰਸ ਦੇ ਬਾਰੇ ਵੀ ਆਪਾਂ ਗੱਲ ਕਰ ਰਹੇ ਕਿ 6 ਮਹੀਨੇ ਉਹਨਾਂ ਨੂੰ ਇੱਥੇ ਸਟੱਡੀ ਕਰਨੀ ਪਊਗੀ ਉਸ ਤੋਂ ਬਾਅਦ ਉਹ ਦੇਸ਼ ਜਾਣ ਦੇ ਲਈ एलिजिबल ਹੋਣਾ ਲੀ। ਸੋ ਕੋਈ ਇਹਨਾਂ ਦੇ ਪਰਟੀਕੂਲਰ ਕੋਰਸਸ ਵੀ ਹੈਗੇ ਆ ਕਿ ਇਸੇ ਹੀ ਕੋਰਸ ਦੇ ਵਿੱਚ ਤੁਹਾਨੂੰ ਐਡਮਿਸ਼ਨ ਲੈਣੀ ਪਵੇਗੀ। ਜਿਹੜਾ ਬਣੀ ਜਿਹੜਾ ਪ੍ਰੋਗਰਾਮ ਹੈਗਾ, ਥਿਸ ਇ ਸਪੈਸ਼ਲੀ ਓਨਲੀ ਫॉर ਬੈਚ ਇਨਫੋਰਮੇਸ਼ਨ ਟੈਕਨੋਲੋਜੀ। ਜੀ। ਐਂਡ ਜਿਹੜਾ ਇੰਡੀਆ ਚ ਇੱਕ ਸਾਲ ਪੜਨਗੇ ਉਸ ਦੀ ਜਿਹੜੀ ਟਿਊਸ਼ਨ ਫੀਸ ਇਜ਼ ਰਫਲੀ ਅਬਾਊਟ 6 ਲੱਖਸ ਪਲਸ GST। ਜੀ। ਸੋ which is about 7 ਲੱਖ ਪਲਸ ਦੀ ਟਿਊਸ਼ਨ ਫੀਸ ਪੜਦੀ ਆ। ਐਂਡ ਦੀ ਬੈਸਟ ਪਾਰਟ ਇਜ਼ ਯੂ نو ਆ ਜੇ ਆਪਾਂ ਗੱਲ ਕਰਦੇ ਸੈਕਿੰਡ ਡੀ ਲਰ ਜੀਟੀਡੀ ਰਿਕੁਆਇਰਮੈਂਟ ਯੂਨੀਵਰਸਿਟੀ ਦੀ ਮੀਟ ਕਰ ਲੈਨੇ ਬਟ 1% ਅਗਰ ਵੀਜ਼ਾ ਗ੍ਰਾਂਟ ਨਹੀਂ ਮਿਲਦਾ ਸੋ ਇਹਨਾਂ ਨੂੰ ਸਾਰੇ ਪੈਸੇ ਰਿਫੰਡ ਹੋ ਜਾਣਗੇ ਮਾਈਨਸ 50000 ਪਲੱਸ ਜੀਐਸਟੀ ਸੋ ਥੇਅਰ ਇਜ਼ ਅ ਰਿਫੰਡ ਪਾਲਿਸੀ ਇਨਵੋਲਡ ਇਨ ਇਟ ਸੋ ਤੁਹਾਡਾ ਜ਼ਿਆਦਾ ਲਾਸ ਨਹੀਂ ਹੋਏਗਾ ਸੈਕੰਡਲੀ ਯੂ نو ਆਈ ਏਮ ਇਨ ਥਿਸ ਬਿਜ਼ਨਸ ਫਾਰ ਮੋਰ ਥੈਨ 32 ইয়ার্স ਤੇ ਮੇਰਾ ਬਲੀਫ ਹੈਗਾ ਕਿ ਜੇ ਤੁਸੀਂ ਜੀਟੀਡੀ ਰਿਕੁਆਇਰਮੈਂਟ ਮੀਟ ਕਰ ਲੈਂਦੇ ਹੋ ਐਂਡ ਯੂਵ ਆਲਰੇਡੀ ਕੰਪਲੀਟਿਡ ਸਮ ਪਾਰਟ ਆਫ ਐਜੂਕੇਸ਼ਨ ਇਨ ਇੰਡੀਆ मतलब एक पर्टिकुलर कोर्स कीजुकेशन को ऑलरेडी कर चुके विच इज़ रफली वन ईयर सो अप्लाइंग टू सेकेंड ईयर स्टूडेंट इज़ वेरी जेन्युनते वीज़ा ऑफिसर कोई ना ऑब्जेक्ट नहीं करेगा सो वीज़ा ग्रांट यू नो अप्रूवल रेट विल बी क्वाइट हाई सो दिस इज़ आई फील दैट यू नो स्टूडेंट शुड स्टिल ट्राई एंड यू नो डू गो फा दिस प्रोग्राम ज्वेंटी टू पास आउट है 23 ਪਾਸ ਆਊਟ ਜਿਹੜੇ ਹੈਗੇ ਜਿਹਨੇ ਨੇ ਕਿਸੇ ਹੋਰ ਕੋਰਸਸ ਵੀ ਜਾਣਾ ਜੇ ਆਈ ਮੀਨ ਦੇਵ ਦੇ ਇੰਟਰਸਟ ਇਨ ਅਦਰ ਕੋਰਸਸ ਬਿਕੋਜ਼ ਲਾਟ ਆਫ ਯੂਨੀਵਰਸਿਟੀਜ਼ ਡਿਲੀਵਰਿੰਗ ਹਿਊਜ ਨੰਬਰ ਆਫ ਕੁਝ ਕਾਫੀ ਕੋਰਸਸ ਡਿਲੀਵਰ ਕਰ ਰਿਹਾ ਦੇ ਆਰ ਇਵਨ ਡਿਲੀਵਰਿੰਗ ਮਾਸਟਰਸ ਪ੍ਰੋਗਰਾਮ ਇਫ ਦੇ ਆਰ ਆਲਸੋ ਇੰਟਰਸਟਿਡ ਦੇ ਕੈਨ ਆਲਸੋ ਕਮ ਐਂਡ ਮੀਟ ਮਿਸਟਰ ਅਰੁਣ ਗੋਰ ਫਾਰ ਕੈਰੀਅਰ ਕਾਉਂਸਲਿੰਗ ਐਂਡ ਵੀ ਹੈਵ ਨੋ ਆਬਜੈਕਸ਼ਨ ਫਾਰ ਥੈਟ ਬਟ ਐਟ ਦਿਸ ਐਟ ਦਿਸ ਸਟੇਜ ਵੀ ਆਰ ਸੈਲਿੰਗ ਯੂ ਨੋ ਦੈਟ ਫਰਸਟ ਈਅਰ ਆਫ ਲਾਟ ਆਫ ਪ੍ਰੋਗਰਾਮ ਥਰੂ ਦੀ ਵਰਲਡ ਗ੍ਰੈਡ जी सो एलिजिबिलिटी क्राइटेरियास दे ली uh, की हैगा सर बैंड्स दी गल करिए या फिर कोर्सेस uh, दी गल करिए कई बार बोर्ड्स uh, दी भी रिक्वायरमेंट हुंदी है कि ਤੁਸੀਂ ਪੰਜਾਬ ਬੋਰਡ ਤੋਂ ਨਹੀਂ ਹੋਣੇ ਚਾਹੀਦੇ ਸੀਬੀਐਸਸੀ ਤੋਂ ਨਹੀਂ ਹੋਣੇ ਚਾਹੀਦੇ ਨਹੀਂ ਡੈਫੀਨਿਟਲੀ ਦੇ ਆਕਸੈਪਟਿੰਗ ਸੀਬੀਐਸਸੀ ਐਂਡ ਆਈਸੀਐਸਈ ਬੋਰਡਸ ਸੋ ਸਟੇਟ ਬੋਰਡਸ ਨੂੰ ਥੋੜਾ ਜਿਹਾ ਅਵੋਇਡ ਕਰ ਰਹੇ ਜਿਦਾ ਪੰਜਾਬ ਹੋਰ ਹੈ ਨਾ ਬੋਰਡ ਹੋਗੇ ਸੈਂਟਰਲ ਬੋਰਡ ਇਸ ਐਕਸੈਪਟਿਡ ਐਂਡ ਡੈਫੀਨਿਟਲੀ ਦੇ ਨੀਡ ਸਿਕਸ ਇਨ ਯੂ نو ਆਇਲਟਸ ਰਿਜ਼ਲਟ ਐਸ ਵੈਲ ਐਂਡ ਓਵਰਆਲ ਉਹਨਾਂ ਨੂੰ ਜੀਟੀ ਰਿਕੁਆਇਰਮੈਂਟ ਤੇ ਮੀਟ ਕਰਨੀ ਹੈ ਸੋ ਅਗਰ ਕਿਸੇ ਸਟੂਡੈਂਟ ਦੇ ਪੇਰੈਂਟਸ ਦੀ ਰਿਟਰਨਸ ਨੈਕਸਟ ਡੇ ਥੋੜੀ ਹਾਈ ਪਰਨੀ ਹੈ ਤਾਂ ਦੇ ਕੈਨ ਫੇਲ ਇਟ ਬਿਕੋਜ਼ ਜਿਹੜਾ ਸੀ ਵੀਜ਼ਾ ਅਪਲਾਈ ਕਰਨਾ ਨੈਕਸਟ ਮੇਚ ਅਪਲਾਈ ਕਰਨਾ ਐਂਡ ਇਫ ਸਮ ਸਟੂਡੈਂਟਸ ਹੈਵ ਟੂ ਅਪਲਾਈ ਫਾਰ ਅ ਲੋਨ ਉਹਨਾਂ ਨੂੰ ਅੱਜ ਦੀ ਡੇਟ ਹੀ ਚ ਆਫਰ ਸੈਕੰਡ ਈਅਰ ਦੀ ਮਿਲ ਜਾਏਗੀ ਦੇ ਕੈਨ ਸਟਾਰਟ ਆਨਲਾਈਨ ਗੈਟ ਅ ਸੈਕੰਡ ਈਅਰ ਆਫਰ ਲੈਟਰ ਐਂਡ ਫਰਮ ਲਾਟਾਪ ਯੂਨੀਵਰਸਿਟੀ ਵਿਚ ਬੀ ਇਸ਼ੂਡ ਟੂ ਥੈਮ ਐਂਡ ਦੇ ਕੈਨ ਇਵਨ ਅਪਲਾਈ ਫਾਰ ਦ ਐਜੂਕੇਸ਼ਨ ਲੋਨ ਸੋ ਮੇਰੇ ਕਹਿਣ ਦਾ ਮਤਲਬ ਬੱਚਾ ਇੱਥੇ ਪੜ ਵੀ ਰਿਹਾ पढ़ने के अपनी जी टी रिक्वायरमेंट्स ही मीट करे जैसे किसी ने एजुकेशन लोन कराना है एजुकेशन लोन ले सकता है या जेड पेरेंट्स से इनकम टैक्स रिटर्नस नैक्सट ईयर दोबारा फाइल हो, हो, हो सकती है इस साल भरी हुई या नैक्सट ईयर भी भर सकते हैं सो आई डोंट सी एनी यू नो एनी प्रॉब्लम इन गैटिंग अ वीज़ा अप्रूवल फॉर यू नो स्टडीज इन ऑस्ट्रेलिया दिस इज़ अ ब्यूटीफुलस्टम ब्यूटीफुल प्रोग्राम एंड आई थिंक स्टूडेंट शुड अवेल इट ਇੱਕ ਤੇ ਟੋਟਲ ਕਾਸਟਿੰਗ ਵਾਇਆ ਦਿਸ ਪ੍ਰੋਗਰਾਮ ਅਗਰ ਉਹ ਆਪਣੀ ਬੈਚਲਰ ਡਿਗਰੀ ਕੰਪਲੀਟ ਕਰਦੇ ਆ ਦੇ ਸੇਵ ਅਰਾਊਂਡ 25 ਲੱਖਸ ਬਿਕੋਜ਼ ਇੰਡੀਆ ਚ ਪਹਿਲੇ ਪੜੇ ਹੈਗੇ ਫਰਸਟ ਏਅਰ ਟਿਊਸ਼ਨ ਫੀਸ ਬੜੀ ਲੈਸ ਹੈ ਸੈਕੰਡਲੀ ਦ ਇੰਟਾਇਰ ਲਿਵਿੰਗ ਕਾਸਟ ਆਫ ਫਰਸਟ ਏਅਰ ਬਚ ਗਿਆ ਬਿਕੋਜ਼ ਦੇ ਆਰ ਸਿਟਿੰਗ ਐਟ ਹੋਮ ਤੇ ਬਿਲਕੁਲ ਆਪਾਂ ਕਹਿ ਸਕਦੇ ਆ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਇੱਕ ਵਿਦੇਸ਼ ਦੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਸਟੱਡੀ ਵੀ ਕਰ ਰਹੇ ਹੋ ਆਪਣੇ ਘਰ ਬੈਠੇ ਸਟੱਡੀ ਕਰ ਰਹੇ ਹੋ ਉੱਥੇ ਰਹਿਣ ਦਾ ਖਾਣ ਪੀਣ ਦਾ ਤੁਹਾਡਾ ਸਾਰਾ ਖਰਚਾ ਬਚ ਰਿਹਾ ਸਿਰਫ ਤੁਹਾਡੇ ਜਿਹੜੇ ਫੀਸਸ ਆ ਉਹ ਹੀ ਤੁਹਾਡੇ ਵੱਲੋਂ ਦਿੱਤੇ ਜਾਂ ਰਹੀਆਂ ਤੇ ਦੂਸਰਾ ਅਗਰ ਰਿਜੈਕਸ਼ਨ ਵੀ ਤੁਹਾਡੀ ਆਉਂਦੀ ਹੈ ਤਾਂ ਰਿਜੈਕਸ਼ਨ ਤੋਂ ਬਾਅਦ ਵੀ ਰੀਫੰਡ ਪਾਲਿਸੀ ਇਹਨਾਂ ਦੇ ਵੱਲੋਂ ਹੈਗੀ ਹੈ ਜੀ ਸੋ ਜਿਨ੍ਹਾਂ ਦੀ ਇੱਕ ਵਾਰ ਸਰ ਉਹਦਾ ਉਹਨਾਂ ਨੇ ਸਟੂਡੈਂਟ ਵੀਜ਼ਾ ਤੇ ਅਪਲਾਈ ਕੀਤਾ ਹੁੰਦਾ ਵਿਦੇਸ਼ ਜਾਣ ਦੇ ਲਈ ਸਟੱਡੀ ਦੇ ਲਈ ਰਿਜੈਕਸ਼ਨਸ ਆਈਆਂ ਹੁੰਦੀਆਂ ਕਿ ਉਹ ਸਟੂਡੈਂਟ ਵੀ ਅਪਲਾਈ ਕਰ ਸਕ it uh, in Australia, technically uh, uh, the visa uh, you can only apply once. Mm -hmm. So when we talk about other countries like New Zealand, Canada, US, UK, yes, you can apply a second time. But because once the CO is issued, and if you receive a refund, uh, where the embassy thinks that you are not a genuine student, so get, passing a GT for another university is very difficult. So I think they should take this. Uh, this you know they should apply with this. Uh, पाथवे प्रोग्राम एंड बट आर दी डेटेड इट इज ओनली फॉर लैपटॉप यूनिवर्सिटी फॉर बैचलर इंफॉर्मेशन टेक्नोलॉजी वर्ल्ड ग्रेड कॉल होबी यूनिवर्सिटी टाई अप आएगा बट इथे assi sirf बैच इंफॉर्मेशन टेक्नोलॉजी कर रहे हैं एंड डेफिनेटली स्टूडेंट्स जेड़े बाकी को इंफॉर्मेशन लेना चांदे हैगे दे कैन कम मीट मिस दिव्या और मिस्टर अरुण गो फ्रॉम लैपटॉप यूनिवर्सिटी एंड दे कैन टेक देयर करियर काउंसलिंग सो बेस्ट वुड बी दे कैन कॉल अप दे कैन बुक देयर अपॉइंटमेंट्स एंड दे कैन कम टू सेक्टर 17 ई चंडीगढ़ ਜੀ ਬਿਲਕੁਕੁਲ ਸਰ ਜਿਵੇਂ ਕਿ ਆਸਟ੍ਰੇਲੀਆ ਦੇ ਮੈਲਬੌਰਨ ਦੀ ਯੂਨੀਵਰਸਿਟੀ ਹੈ ਤਾਂ ਆਸਟ੍ਰੇਲੀਆ ਅਕਸਰ ਹੀ ਚਰਚਾ ਦਾ ਵਿਸ਼ਾ ਰਹਿੰਦਾ ਚਰਚਾਵਾਂ ਦੇ ਵਿੱਚ ਰਹਿੰਦਾ ਆਪਣੇ ਪੀਆਰ ਨੂੰ ਲੈ ਕੇ ਕਿ ਪੀਆਰ ਨੂੰ ਲੈ ਕੇ ਕਾਫੀ ਜ਼ਿਆਦਾ ਸਟ੍ਰਿਕਟ ਉਹਨਾਂ ਦੇ ਵੱਲੋਂ ਰੂਲਸ ਰੈਗੂਲੇਸ਼ਨਸ ਕੀਤੇ ਜਾਂਦੇ ਆ ਸੋ ਅਗਰ ਉਹ ਇਸ ਪ੍ਰੋਗਰਾਮ ਦੇ ਥਰੂ ਜਾਂਦੇ ਆ ਤਾਂ 6 ਮਹੀਨੇ ਦੀ ਪੜ੍ਹਾਈ ਉਹ ਇੱਥੇ ਰਹਿ ਕੇ ਪਹਿਲਾਂ ਕਰਦੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਵਰਕ ਦੇ ਲਈ ਜਾਂ ਫਿਰ ਪੀਆਰ ਦੇ ਲਈ ਹੋਰ ਕੋਈ ਡਿਫਿਕਲਟੀਆਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਡੈਫੀਨਿਟਲੀ ਨਹੀਂ ਜੀ ਜਿਹੜਾ ਇਮੀਗ੍ਰੇਸ਼ਨ ਦਾ ਰੂਲ ਹੈ ਕਿ ਤੁਹਾਡੀ ਮਿਨਿਮਮ 2 ਸਾਲ ਪੜਾਈ ਆਸਟ੍ਰੇਲੀਆ ਦੇ ਵਿੱਚ ਹੋਣੀ ਚਾਹੀਦੀ ਹੈ ਐਂਡ ਦੇ ਮੀਟਿੰਗ दैट ਕ੍ਰਾਈਟੇਰੀਆ ਸੋ ਇਅਰ ਸੈਕੰਡ ਐਂਡ ਇਅਰ 3 ਉਹ ਇੱਥੇ ਹੀ ਪੜ ਰਹੇ ਹੈਗੇ ਸੋ 4 ਸੈਮਿਸਟਰ ਉਹ ਆਸਟ੍ਰੇਲੀਆ ਚ ਹੀ ਪੜ ਰਹੇ ਸੋ ਦੇ ਮੀਟ ਦੀ ਕ੍ਰਾਈਟੇਰੀਆ ਜੇ ਆਪਾਂ ਗੱਲ ਕਰੀਏ ਡੈਫੀਨਿਟਲੀ ਪੀਆਰ ਪਾਥਵੇ ਪ੍ਰੋਗਰਾਮ ਯੈਸ ਥਿਸ ਬੈਚਲਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਜ਼ ਐਕ੍ਰੀਡੇਟਿਡ ਬਾਈ ਆਸਟ੍ਰੇਲੀਅਨ ਕੰਪਿਊਟਰ ਸੁਸਾਇਟੀ ਕਿਉਂਕਿ ਤੁਹਾਡਾ ਪ੍ਰੋਗਰਾਮ ਇਹ ਵਾਲਾ ਐਕ੍ਰੀਡੇਟਿਡ ਫਰਮ ਆਸਟ੍ਰੇਲੀਅਨ Uh, uh if you are eligible as per your age qualification and your IELTS result definitely you can apply for permanent residency and post study work also is included so is to baat toda ਤਿੰਨ ਤੋਂ ਚਾਰ ਸਾਲ ਦਾ ਪੋਸਟਡ ਐਗ ਵੀ ਮਿਲਦਾ ਤੁਹਾਨੂੰ ਜੀ ਸੋ ਜਿਵੇਂ ਕਿ ਇਸ ਦੇ ਵਿੱਚ ਐਸਰ ਕੇ 6 ਮਹੀਨੇ ਲਈ ਤੁਸੀਂ ਇੱਥੇ ਘਰ ਬੈਠੇ ਹੀ ਆਨਲਾਈਨ ਸਟੱਡੀ ਕਰ ਸਕਦੇ ਹੋ ਸੋ ਇੱਕ ਬਹੁਤ ਹੀ ਵਧੀਆ ਚੀਜ਼ ਹੈਗੀ ਆਪਾਂ ਕਹਿ ਸਕਦੇ ਹਾਂ ਸੋ ਇਸ ਨੂੰ ਲੈ ਕੇ ਬਾਕੀ ਯੂਨੀਵਰਸਿਟੀਆਂ ਜਾਂ ਫਿਰ ਬਾਕੀ ਕਾਲਜਸ ਨਾਲੋਂ ਬਾਕੀ ਕੋਰਸਸ ਨਾਲੋਂ ਕੋਈ ਐਕਸਪੈਂਡੀਚਰ ਹੈ ਦੇ ਆਪਾਂ ਕਹਿ ਸਕਦੇ ਹਾਂ ਕਿ ਫੰਡਸ ਐਕਸਪੈਂਸਸ ਵਧਾ ਕੇ ਤਾਂ ਨਹੀਂ ਲਗਾਏ ਹੁੰਦੇ ਜਾਂ ਫਿਰ ਨਾਰਮਲ ਹੁੰਦੇ ਆ ਬਾਕੀਾਂ ਦੇ ਤਰ੍ਹਾਂ ਐਂਡ ਇਟਸ ਇਟਸ ਅ ਨਾਰਮਲ ਪ੍ਰੋਸੈਸ ਬਿਕਾਉਜ਼ ਜੇ ਤੁਸੀਂ ਆਸਟ੍ਰੇਲੀਆ ਜਾ ਕੇ ਕੋਈ ਪਾਰਟਿਕੂਲਰ ਅੱਛੀ ਯੂਨੀਵਰਸਿਟੀ ਰਿਪਿਊਟਿਡ ਯੂਨੀਵਰਸਿਟੀ ਲਾਈਕ ਲਾਟ ਆਫਸ ਪੜ੍ਹਦੇ ਹੋ ਸੋ देयर ਆਰ ਅਦਰ ਯੂਨੀਵਰਸਿਟੀਜ਼ ਐਸ ਵੈਲ ਉੱਥੇ ਤੁਹਾਡੀ ਜਿਹੜੀ ਟਿਊਸ਼ਨ ਫੀਸ ਇਸ ਅਬਾਊਟ 15 ਟੂ 70 ਲੱਖ ਰੁਪਏ ਅ ਈਅਰ ਸੋ ਯੂ ਆਰ ਸਟੱਡਿੰਗ ਯੋਰ ਫਰਸਟ ਈਅਰ ਇਨ ਆਲਮੋਸਟ ਹਾਫ ਦੀ ਫੀਸ ਇਵਨ ਲੈਸ ਦੈਨ ਹਾਫ ਦੀ ਫੀਸ ਸੋ ਡੈਫੀਨਿਟਲੀ ਜੀ ਥਿਸ ਇਜ਼ ਅ ਵੈਰੀ ਰਾਈਟ ਪ੍ਰੋਗਰਾਮ ਪਾਥਵੇ ਪ੍ਰੋਗਰਾਮ ਅੱਛਾ ਆਏਗਾ ਐਂਡ ਥਿਸ ਇਜ਼ ਬੈਟਰ ਸਿਸਟਮ ਫੇਰ ਯੂ ਸੇਵ ਮਨੀ ਐਂਡ ਤੁਹਾਡਾ ਬਜਟ ਵੀ ਬਹੁਤ ਈਜ਼ੀ ਹੋ ਜਾਂਦਾ اجی سو اے پروگرام دا حصہ بنن دے لیے سر کتنا کرس سمہ پہلا انہاں نو اپلائی کرنا پندا ڈیفینٹلی دے کین اپلائی ایمیڈیٹلی بیکاز دی کورس انڈیا چوس ہو رہا ہے اینڈ دے ہیو ٹو سٹڈی فرام سٹڈی ان آن لائن سو دے کین کم میٹ مس دیویا مس تارون گور اپنی لیگبلٹی چیک کر سکدے ہے گے اینڈ دے کین اپلائی دے کین سٹارٹ دیئر ایڈمیشن پروسیس ایمیڈیڈیٹلی اینڈ جوائن آن لائن ان دسمبر 2023 ਜੀ ਸੋ ਹੋ ਜਾਂਦੇ ਜਾਂਦੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਸਰ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੋ ਇਸ ਪ੍ਰੋਗਰਾਮ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਤੌਰ ਤੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਡੈਫੀਨਿਟਲੀ ਜੀ ਦੇ ਸ਼ੁੱਡ ਅੰਡਰਸਟੈਂਡ ਦੈਟ ਅਪਾਰਟ ਫਰਮ ਫਰਸਟ ਈਅਰ ਆਫ ਸਟੱਡੀਜ਼ ਹੇਅਰ ਦੇ ਸਟਿਲ ਹੈਵ ਟੂ ਮੀਟ ਦੀ ਜੀਟੀ ਕ੍ਰਾਈਟੇਰੀਆ ਜਿਹੜਾ ਆਸਟ੍ਰੇਲੀਆ ਜੇਨੂ ਟੈਂਪਰੇਰੀ ਟੈਂਪਰੇਰੀ ਕ੍ਰਾਈਟੇਰੀਆ ਹੈਗਾ ਜਿਹਦੇ ਰਿਕੁਆਇਰਮੈਂਟ ਐਸ ਪਰ ਲਾਟ ਆਫ ਯੂਨੀਵਰਸਿਟੀ ਨੂੰ ਮੀਟ ਕਰਨੀ ਪੈਂਦੀ ਹੈ ਸੋ ਵੀ ਕੈਨ ਅਸੈਸ दैट ਔਨ ਸਪਾਟ ਆਲਸੋ ਕਿ ਵੈਦਰ ਉਹ ਜੀਟੀ ਨੂੰ ਮੀਟ ਕਰਦੇ ਕਿ ਨਹੀਂ ਮੀਟ ਕਰਦੇ ਸੋ ਵੀ ਵਿਲ ਵੀ ਆਰ ਗੋਇੰ ਟੂ ਰਿਕਰੂਟ ਓਨਲੀ ਥੋ ਸਟੂਡੈਂਟ ਜਿਹੜੇ ਜੈਨੂਇਨ ਟੈਂਪਰੇਰੀ ਕ੍ਰਾਈਟੇਰੀਆ ਨੂੰ ਮੀਟ ਕਰਦੇਗੇ ਸੋ ਅਸੈਸਮੈਂਟ ਪੂਰੀ ਟਰਾਂਸਪੇਰੈਂਟ ਹੈ ਪੂਰੀ ਪ੍ਰੋਪਰ ਹੈ ਤੋ ਨੂੰ ਰਾਈਟ ਗਾਈਡੈਂਸ ਮਿਲੀ ਜਾਏਗੀ ਐਂਡ THEN THEY THEY ਕੈਨ ਟੇਕ ਅ ਡਿਸੀਜਨ ਕਿ ਇਨਾਂ ਨੇ ਇਸ ਪ੍ਰੋਗਰਾਮ ਰਾਹੀ ਜਾਣਾ ਹੈ ਕਿ ਨਹੀਂ ਜਾਣਾ ਜੀ ਸੋ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਵੱਲੋਂ ਹਰ ਇੱਕ ਜਾਣਕਾਰੀ ਸਾਡੇ ਨਾਲ ਤੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਸੋ ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਸੋ ਇਹ ਸੀ ਆਪਣੇ ਨਾਲ ਕਨੈਕਟ ওভারਸੀਸ ਤੋਂ ਮਿਸਟਰ ਨਿਰਮਲ ਚਾਵਲਾ ਜੀ ਜਿਨ੍ਹਾਂ ਨੇ ਲੋਟਰਾਬੀ ਯੂਨੀਵਰਸਿਟੀ ਦੇ ਬਾਰੇ ਅਤੇ ਇਸ ਪ੍ਰੋਗਰਾਮ ਦੇ ਬਾਰੇ World Grad Program ਦੇ ਬਾਰੇ ਸਾਡੇ ਨਾਲ ਹਰ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਣਗੀਆਂ ਤੇ ਅਗਰ ਹੋਰ ਵੀ ਕੋਈ ਚੀਜ਼ਾ ਤੁਹਾਡੇ ਜ਼ਹਿਨ ਦੇ ਵਿੱਚ ਆ ਰਹੀਆਂ ਹੋਰ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦੇ ਜੋ ਰਿਪਰੈਜ਼ੈਂਟੇਟਿਵ ਹੈ ਗੌਰ ਉਹ ਇੱਥੇ ਆ ਰਹੇ ਆ ਚੰਡੀਗੜ੍ਹ ਦੇ ਵਿੱਚ ਕਨੈਕਟ ওভারਸੀਜ਼ ਦੇ ਆਫਿਸ ਸੈਕਟਰ 17 ਚੰਡੀਗੜ੍ਹ ਦੇ ਵਿੱਚ ਤੁਸੀਂ ਉੱਥੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ ਇਹਨਾਂ ਦਾ ਸੈਮੀਨਾਰ ਹੈ ਜੋ اٹੈਂਡ ਕਰ ਸਕਦੇ ਹੋ ਸਮਾਂ ਤੇ ਤਰੀਕ ਤੋਂ ਦੱਸ ਦਿੰਦੇ ਆ 3 ਨਵੰਬਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਇਹ ਸੈਮੀਨਾਰ ਰਹੂਗਾ ਉੱਥੇ ਤੁਹਾਡੀ ਔਨ ਦੀ سپورਟ ਪ੍ਰੋਫਾਈਲ ਦੀ ਅਸੈਸਮੈਂਟ ਵੀ ਕੀਤੀ ਜਾਵੇਗੀ ਔਰ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਇਸ ਦੇ ਲਈ ਐਲੀਜੀਬਲ ਹੈਗੇ ਆ ਜਾਂ ਫਿਰ ਨਹੀਂ ਹੈਗੇ ਆ ਸੋ ਹੋਰ ਵੀਜ਼ਾ ਰਿਲੇਟਿਡ ਆਹ ਮ ਜਾਣਕਾਰੀਆਂ ਲੈ ਕੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ